ਸਤ ਸ੍ਰੀ ਅਕਾਲ ਦੋਸਤੋ ਅੱਜ ਜਿਹੜਾ ਸਵਾ ਮੀਟਰ ਦਾ ਬੇਸ ਪਹਿਲਾਂ ਬੰਨਾਂਗੇ ਤੇ ਬਾਅਦ ਦੇ ਵਿੱਚ ਜਿਹੜੀ ਸਾਢੇ 1.5 ਮੀਟਰ ਸਿੰਗਲ ਪੱਗ ਬਟਾਂ ਵਾਲੀ ਬੰਨਣੀ ਦੱਸਾਂਗੇ ਸਭ ਤੋਂ ਪਹਿਲਾਂ ਕੰਨੀ ਅੰਦਰਲੀ ਸਾਈਡ ਮੋੜ ਕੇ ਸਵਾ ਮੀਟਰ ਬੇਸ ਦੀ ਇਸ ਹਿਸਾਬ ਦੇ ਨਾਲ ਲਾ ਕੇ ਉੱਪਰੋਂ ਕ੍ਰੋਸ ਮਾਰ ਕੇ ਇਧਰੋਂ ਲੜ ਲਾਵਾਂਗੇ ਹਲਕਾ ਜਿਹਾ ਫਰੰਟ ਤੋਂ ਪਤਲੀ ਕੰਨੀ ਚੱਕ ਕੇ ਅੰਦਰਲੀ ਸਾਈਡ ਮੋੜਦੇ ਹੋਏ ਇਹਦੇ ਨਾਲ ਹੀ ਆਪਾਂ ਸਰ ਕਵਰ ਕਰ ਲਾਂਗੇ ਐਵੇਂ ਸਰ ਕਵਰ ਕਰਨ ਦੇ ਨਾਲ ਕੀ ਆ ਕਿ ਜਿਹੜੇ ਵਾਲ ਆਪਣੇ ਉਹ ਬਾਅਦ ਵਿੱਚ ਨਹੀਂ ਖਿੱਚੇ ਜਾਂਦੇ ਤੇ ਵਧੀਆ ਤਰੀਕੇ ਦੇ ਨਾਲ ਸਰ ਵੀ ਕਵਰ ਹੋ ਜਾਂਦਾ ਤੇ ਜਿਹੜਾ ਵਾਲ ਖੇਚਣ ਕਰਕੇ ਜਿਹੜੀ ਫਰੰਟ ਤੇ ਸਿਰ ਦੁਖਣ ਦੀ ਪ੍ਰੋਬਲਮ ਆ ਉਹ ਵੀ ਘਟ ਆਉਂਦੀ ਆ ਤੇ ਜਿਹੜਾ ਪਹਿਲਾ ਲਾੜਾ ਉਹ ਵੀ ਥੋੜਾ ਘਟ ਖਿਸਕਦਾ ਕਿਉਂਕਿ ਜਿੱਥੇ ਪਹਿਲਾ ਲੜ ਲੱਗਣਾ ਉਹਦੇ ਥੱਲੇ ਇੱਕ ਵਾਰ ਆਪਾਂ ਜਿਹੜਾ ਲਾੜਾ ਉਹ ਲਾ ਦਿੱਤਾਗਾ ਸੋ ਅੱਜ ਦੀ ਵੀਡੀਓ ਨੂੰ ਬਾਅਦ ਤੋਂ ਬਾਅਦ ਦੋਸਤਾਂ ਮਿੱਤਰਾਂ ਤੱਕ ਸਾਂਝਾ ਜਰੂਰ ਕਰਿਓ ਤਾਂ ਕਿ ਹੋਰ ਵੀ ਵੀਰਪਰਾ ਸੱਜਣ ਮਿੱਤਰ ਆ ਜਿਹੜੇ ਵਧੀਆ ਤਰੀਕੇ ਦੇ ਨਾਲ ਦਸਤਾਰ ਆਉ ਸਿੱਖ ਸਕਣ ਸਿੰਗਲ ਪੱਗ ਫੁੱਲ ਵੈਲ ਕੱਪੜੇ ਦੇ ਵਿੱਚ ਸਾਢੇ 1.5 ਮੀਟਰ ਲੈਂਥ ਆ ਆਪਾਂ ਬੰਨਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਇੱਕ ਕੰਨੀ ਅੰਦਰਲੀ ਸਾਈਡ ਮੋੜ ਪੂਣੀ ਦੀ ਸਟਾਰਟਿੰਗ ਕਰਨੀ ਆਪਾਂ ਸੋ ਬਾਕੀ ਪੂਣੀ ਆਪਾਂ ਨਾਲ ਦੀ ਨਾਲ ਕਰਾਂਗੇ ਪਹਿਲੇ ਲੜ ਨੂੰ ਜਦੋਂ ਵੀ ਲਾਉਣਾ ਤੁਸੀਂ ਜਿਹੜੀ ਕੰਨੀ ਆਪਾਂ ਅੰਦਰਲੀ ਸਾਈਡ ਮੋੜੀ ਆ ਉਹ ਥੱਲੇ ਵਾਲੀ ਸਾਈਡ ਰੱਖਾਂਗੇ ਥੱਲੇ ਵਾਲੀ ਸਾਈਡ ਰੱਖ ਕੇ ਉਹ ਕੰਨੀ ਜਿਹੜੀ ਅੰਦਰ ਮੋੜੀ ਆ ਤੇ ਪਹਿਲਾ ਲੜ ਲੱਗ ਜਾਊਗਾ ਹਲਕੇ ਹਲਕੇ ਬਾਟ ਪਿੰਚ ਕਰਕੇ ਲੜ ਖਿੱਚ ਕੇ ਮੜਾ ਜਾ ਜਿਹੜਾ ਪਹਿਲੇ ਲੜ ਦੇ ਵਿੱਚ ਪੈ ਜਾਣਗੇ ਤੇ ਜਿਹੜੀ ਸਿੰਗਲ ਪੱਗ ਆ ਇਹ ਬਿਗਨਰ ਵੀਰਾਂ ਦੇ ਲਈ ਬਹੁਤ ਵਧੀਆ ਰਹੇਗਾ ਜੇਕਰ ਤੁਸੀਂ ਸਟਾਰਟਿੰਗ ਦੇ ਵਿੱਚ ਇਹ ਦਸਤਾਰ ਬੰਨਣ ਜੇ ਜਿਹੜੀ ਟਰਾਈ ਕਰਦੇ ਹੋ ਤੇ ਇਸ ਤੋਂ ਬਾਅਦ ਦੂਸਰਾ ਲੜ ਤੁਸੀਂ ਦੇਖੋ ਇਧਰਲੀ ਸਾਈਡ ਤੋਂ ਦੋਵੇਂ ਖੁੱਲੇ ਪਾਸੇ ਉੱਪਰ ਇਕੱਠੇ ਕਰਕੇ ਥੱਲੇ ਬੰਦ ਪਾਸਾ ਰੱਖਦੇ ਹੋਏ ਜਿਹੜਾ ਆਪਾਂ ਦੂਜਾ ਲੜਾ ਉਹ ਲਾ ਦਾਂਗੇ ਬਾਟਾ ਜਿਹੜੇ ਉਹ ਨਾਲ ਦੀ ਨਾਲ ਪੈਂਦੇ ਜਾਣਗੇ ਤੇ ਇਹਦੇ ਤੋਂ ਬਿਨਾਂ ਜੇਕਰ ਤੁਹਾਨੂੰ ਪੱਗ ਬੰਨਦੇ ਟਾਈਮ ਜਾਂ ਪਰਨਾ ਬੰਨਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਉਸੇ ਟੌਪਿਕ ਦੇ ਜਿਹੜੀ ਵੀਡੀਓ ਆਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਆਪਣੀ ਪੱਗ ਦੇ ਵਿੱਚ ਦਸਤਾਰ ਦੇ ਵਿੱਚ ਹੋਰ ਵੀ ਸੁਧਾਰ ਕਰ ਸਕੋ ਇੱਥੇ ਫਿਰ ਤੁਸੀਂ ਦੇਖੋਗੇ ਕਿ ਦੋਵੇਂ ਖੁੱਲੇ ਪਾਸੇ ਉੱਪਰ ਇਕੱਠੇ ਕਰਦੇ ਨੇ ਤੇ ਇੱਕ ਜਿਹੜੀ ਮੇਨ ਗੱਲ ਆ ਜਿਵੇਂ ਕਈ ਵੀਰ ਕਮੈਂਟ ਕਰਦੇ ਹੁੰਦੇ ਕਿ ਪੱਗ ਦੀ ਸ਼ੇਪ ਆ ਜਿਹੜੀ ਉਹ ਵਧੀਆ ਨਹੀਂ ਬਣਦੀ ਉਹ ਧਿਆਨ ਚ ਰੱਖਿਆ ਕਰੋ ਜਦੋਂ ਸਿੰਗਲ ਪੱਗ ਬੰਨਣੀ ਆ ਤਾਂ ਲੜਾਂ ਦੇ ਵਿੱਚ ਆਪਸੀ ਗੈਪ ਆ ਜਿਹੜਾ ਉਹ ਘੱਟ ਰੱਖਣਾ ਜਿੰਨਾ ਤੁਸੀਂ ਗੈਪ ਘੱਟ ਰੱਖੋਗੇ ਉੰਨੀ ਹੀ ਦਸਤਾਰ ਦੇ ਵਿੱਚ ਗਲਾਈ ਵਧੀਆ ਆਵੇਗੀ ਤੇ ਸ਼ੇਪ ਵੀ ਸੋਹਣੀ ਲੱਗੇਗੀ ਤੇ ਫਰੰਟ ਤੋਂ ਨੋਕ ਆ ਜਿਹੜੀ ਉਹ ਵੀ ਥੋੜੀ ਜਿਹੀ ਚੜਾਈ ਦੇ ਵਿੱਚ ਹੀ ਰਹੂਗੀ ਜੇਕਰ ਤੁਸੀਂ ਜ਼ਿਆਦਾ ਤਿੱਖੀ ਰੱਖੋਗੇ ਜਾ ਜਾ ਲੜ ਵਧੀ ਜਾਣਗੇ ਤਾਂ ਉਹ ਤੋਂ ਪੱਕ ਦੀ ਸ਼ੇਪ ਆ ਨਹੀਂ ਫਿਰ ਖਰਾਬ ਹੋਣ ਲੱਗ ਜੂਗੀ ਸਾਰੇ ਲੜਾਂ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਸੇਮ ਹੀ ਆ ਉੱਪਰ ਵਾਲੀ ਸਾਈਡ ਬੰਦ ਪਾਸਾ ਰੱਖ ਕੇ ਥੱਲੇ ਖੁੱਲ ਆਪਣਾ ਜਿਹੜਾ ਪਾਸਾ ਬੰਦ ਰੱਖਣਾ ਤੇ ਉੱਪਰਲੀ ਸਾਈਡ ਖੁੱਲਾ ਰੱਖਣਾ ਉਹ ਹਿਸਾਬ ਦੇ ਨਾਲ ਰੱਖ ਕੇ ਆਪਾਂ ਲੜ ਇੱਕ ਇੱਕ ਕਰਕੇ ਲਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਕਾਫੀ ਹੱਦ ਤੱਕ ਜਿਹੜੀ ਸਿੰਗਲ ਦਸਤਾਰ ਆ ਆਪਣੀ ਉਹ ਬੰਨੀ ਜਾ ਚੁੱਕੀ ਹੈ ਜਿਵੇਂ ਕਈ ਵੀਰਾਂ ਦਾ ਕੀ ਆ ਫੇਸ ਆਪਣਾ ਭਾਰਾ ਹੁੰਦਾ ਉਹ ਇਹ ਪਰਨੇ ਵਜੋਂ ਵੀ ਦਸਤਾਰ ਇਹ ਬਨ ਸਕਦੇ ਆ। ਸੋ ਤੁਸੀਂ ਦੇਖ ਸਕਦੇ ਹੋ ਸ਼ੇਪ ਬਹੁਤ ਸੋਹਣੀ ਆਈ ਹੈ। ਬਾਟ ਵੀ ਸਿੰਗਲ ਦੇ ਵਿੱਚ ਆਟੋਮੈਟਿਕ ਜਿਹੜੇ ਕਿ ਪੈਂਦੇ ਜਾਂਦੇ ਆ ਤੇ ਇੱਕ ਇੱਕ ਲਾੜਾ ਜਿਹੜਾ ਉਹ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਣਾ ਤੇ ਬਾਅਦ ਦੇ ਵਿੱਚ ਟਰਾਈ ਵੀ ਕਰਨਾ ਦਸਤਾਰ ਬਨ ਕੇ। ਕਈ ਵੀਰ ਕੀ ਕਹਿੰਦੇ ਹੁੰਦੇ ਆ ਕਿ ਵੀ ਸਾਨੂੰ ਵੀਡੀਓ ਤੋਂ ਪ੍ਰੋਪਰ ਸਮਝ ਨਹੀਂ ਲੱਗਦੀ। ਵੀਡੀਓ ਤੋਂ ਦੇਖ ਕੇ ਤੁਸੀਂ ਦਸਤਾਰ ਤਾਂ ਹੀ ਸਿੱਖ ਸਕਦੇ ਹੋ ਜੇਕਰ ਵੀਡੀਓ ਨਾਲ ਚਲਾ ਕੇ ਤੁਸੀਂ ਬੰਨਣ ਦੀ ਟਰਾਈ ਕਰੋਗੇ। ਇੱਕ ਇੱਕ ਲੜ ਇਧਰ ਵਾਲੀ ਸਾਈਡ ਤੋਂ ਹਲਕਾ ਜਿਹਾ ਥੱਲੇ ਖਿੱਚ ਕੇ ਤੇ ਇੱਥੋਂ ਆਪਾਂ ਲਾਸਟ ਲੜੇ ਹਿਸਾਬ ਨਾਲ ਲੱਗੂਗਾ ਇਹ ਤੇ ਇਧਰਲੀ ਸਾਈਡ ਤੋਂ ਹਲਕੇ ਹਲਕੇ ਦਸਤਾਰ ਉੱਪਰ ਵਾਲੀ ਸਾਈਡ ਨੂੰ ਚੱਕਦੇ ਜਾਵਾਂਗੇ ਤਾਂ ਕਿ ਪਟਿਆਲਾ ਸ਼ਾਹੀ ਜਿਹੜੀ ਸ਼ੇਪ ਆ ਉਹ ਵਧੀਆ ਤਰੀਕੇ ਨਾਲ ਆਪਾਂ ਨੂੰ ਦੇਖਣ ਨੂੰ ਮਿਲੇ ਇੱਥੇ ਫੇਰ ਬੰਦ ਕੀਤਾ ਉੱਪਰਲੇ ਪਾਸੇ ਦੋਵੇਂ ਲਾੜਾਂ ਅੰਦਰ ਮੋੜ ਕੇ ਤੇ ਥੱਲੇ ਬੰਦ ਪਾਸਾ ਰੱਖਦੇ ਹੋਏ ਲਾਸਟ ਲੜ ਲੱਗੇਗਾ ਤੇ ਇਧਰਲੀ ਸਾਈਡ ਤੋਂ ਤੁਸੀਂ ਦੇਖੋ ਜ਼ਿਆਦਾ ਨਹੀਂ ਖੋਲਣਾ ਹੁੰਦਾ ਉਹ ਹਿਸਾਬ ਦੇ ਨਾਲ ਖੋਲਣਾ ਕਿ ਬਈ ਆਪਣਾ ਸ਼ੇਪ ਆ ਜਿਹੜੀ ਉਹ ਵਧੀਆ ਰਹੇ ਤੇ ਦੇਖਣ ਦੇ ਵਿੱਚ ਕੱਪੜਾ ਵਧੀਆ ਲੱਗੇ ਤੇ ਇੱਕ ਧਿਆਨ ਦੇ ਵਿੱਚ ਹੋਰ ਰੱਖਣਾ ਜਿਉਂ ਜਿਉਂ ਦਸਤਾਰ ਕੰਪਲੀਟ ਹੁੰਦੀ ਜਾਊਗੀ ਦੋਵੇਂ ਸਾਈਡਾਂ ਤੇ ਅੱਖਾਂ ਦੇ ਉੱਤੇ ਲਾੜਾ ਜਿਹੜਾ ਉਹ ਬਰਾਬਰ ਆਪਣਾ ਰਹਿਣਾ ਚਾਹੀਦਾ ਤਾਂ ਕਿ ਸ਼ੇਪ ਆ ਜਿਹੜੀ ਪੱਗ ਦੀ ਉਹ ਹੋਰ ਵੀ ਜ਼ਿਆਦਾ ਜੱਚੇ ਕਈ ਵਾਰ ਹੁੰਦਾ ਇੱਕ ਸਾਈਡ ਤੋਂ ਪੱਗ ਉੱਚੀ ਹੁੰਦੀ ਹੈ ਇੱਕ ਸਾਈਡ ਤੋਂ ਨੀਵੀ ਉਹਦੇ ਨਾਲ ਜਿਹੜਾ ਔਕਵਰਡ ਲੱਗਦੀ ਆ ਆਪਾਂ ਨੂੰ ਦੇਖਣ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਦਸਤਾਰ ਆਪਣੀ ਬੰਨੀ ਜਾ ਚੁੱਕੀ ਆ ਲਾਸਟ ਤੇ ਆਪਣਾ ਇਹ ਲਾ ਅਖਰੀ ਲਾੜਾ ਬਾਕੀ ਆ ਇਹ ਦੋਵੇਂ ਕੰਨੀ ਅੰਦਰਲੀ ਸਾਈਡ ਮੋੜ ਕੇ ਆਪਾਂ ਅੱਧੀ ਅੱਧੀ ਲੜ ਅੰਦਰਲੀ ਸਾਈਡ ਮੋੜ ਕੇ ਸਿੱਧੇ ਦਾ ਸਿੱਧਾ ਲੜ ਲਾਵਾਂਗੇ ਸਿੱਧੇ ਲੜ ਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਜਦੋਂ ਵੀ ਲਾਉਣਾ ਲੜ ਪਹਿਲਾਂ ਸੈੱਟ ਕਰਨਾ ਪ੍ਰੋਪਰ ਜੇ ਤੁਸੀਂ ਵੱਟ ਪਾਉਣੇ ਚਾਹੁੰਦੇ ਹੋ ਹਲਕੇ ਹਲਕੇ ਵੱਟ ਪਾ ਸਕਦੇ ਹੋ ਫਰੰਟ ਤੋਂ ਹਲਕਾ ਜਿਹਾ ਲੜ ਦੱਬ ਕੇ ਤੁਸੀਂ ਅੰਦਰਲੀ ਸਾਈਡ ਮੋੜ ਦੇਣਾ ਇੱਕ ਵਾਰ ਤੁਹਾਨੂੰ ਫਿਰ ਤੋਂ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਅੰਗੂਠੇ ਨਾਲ ਹਲਕਾ ਜਿਹਾ ਦੱਬ ਕੇ ਅੰਦਰਲੀ ਸਾਈਡ ਲੜ ਮੋੜ ਦਿੱਤਾ ਗਿਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਹੋਰ ਵੀ ਵੀਰ ਭਰਾ ਇਸ ਵੀਡੀਓ ਤੋਂ ਲਾਹਾ ਲੈ ਸਕਣ ਤੇ ਜੇਕਰ ਪੱਗ ਬੰਨ੍ਹਦੇ ਟਾਈਮ ਜਾਂ ਪਰਨਾ ਬੰਨ੍ਹਦੇ ਟਾਈਮ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਲਾਸਟ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਲੜ ਲਾਇਆ ਸੀ ਉਸ ਦੇ ਨਾਲ ਆਪਾਂ ਸਰ ਕਵਰ ਕਰਦੇ ਹੋਏ ਜਿਹੜੀ ਕਿ ਦਸਤਾਰ ਆਪਣੀ ਉਹ ਕੰਪਲੀਟ ਹੋ ਜਾਵੇਗੀ ਸੋ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਕੀਮਤੀ ਸੁਝਾਅ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ ਉਹ ਵੀ ਕਮੈਂਟ ਵਿੱਚ ਜਰੂਰ ਦਿਓ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜਉਂਦੇ ਵਾਸਤੇ ਰਹੋ